रैन अंधारी कारिया रैन अंधारी
रात दे अंधेरे विच बहुत कुछ गुआ बैंदे है। मैं अगे तुरना चाहूंगा
ਉਹਦੇ ਵਿੱਚ ਆਪਣੀ ਮੰਜ਼ਿਲ ਵੀ ਗਵਾ ਬੈਂਦਾ ਹੈ। ਰਾਹ ਦਾ ਪਤਾ ਨਹੀਂ ਹੁੰਦਾ। ਹਾਂ ਭਾਲ ਵਕੁੰਨੀ ਹੋਈ ਕੱਲ ਦਾ ਸ਼ਬਦ ਸੀ, ਅੰਧੇਰੇ ਰਾਹੋ ਨਾ ਕੋਈ, ਰਾਹ ਗੁਆਚ ਗਏ, ਅੰਧੇਰਾ ਹੈ, ਅੰਧੇਰੀ ਰਾਤ ਹੈ, ਰਾਹ ਗੁਆਚ ਗਏ। ਘਰ ਦੀ ਦੌਲਤ ਉਹ ਵੀ ਨਹੀਂ ਲੱਭਦੀ, ਅੰਧੇਰਾ ਹੈ। ਘਰ ਵਿੱਚ ਅਚਾਨਕ ਲਾਈਟ ਚਲੀ ਜਾਏ, ਤੁਸੀਂ ਆਮ ਜੀਵਨ ਵਿੱਚ ਦੇਖੋ, ਪਤਾ ਵੀ ਹੁੰਦਾ ਹੈ ਘਰ ਵਿੱਚ ਹੈ ਪਰ ਟੁੰਡਿਆਂ ਲੱਭਦੀ ਨਹੀਂ। ਗੁਰੂ ਨੇ ਆਖਿਆ, ਕਹਿਣ ਲੱਗੇ ਅੱਜ ਦੇ ਸ਼ਬਦ ਮੁਤਾਬਕ ਮੈਂ ਕੀ ਦੇਖਣਾ ਕਿ ਅਗਿਆਨੀ ਮਨੁੱਖ ਭਇਆ, ਮਨੁੱਖ ਅਗਿਆਨਤਾ ਦੀ ਅੰਧੇਰੀ ਰਾਤ ਵਿੱਚ ਫਸ ਗਿਆ, ਜੋ ਨਾ ਹੀ ਸੋ ਲੋ ਰਹੇ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਲੱਭ ਰਿਹਾ। ਜੋ ਨਾ ਹੀ ਸੋ ਲੋ ਰਹੇ ਉਹਨੂੰ ਲੋੜਦਾ ਲੱਭ ਰਿਹਾ। ਕਹਿਣ ਲੱਗੇ ਰਹਿਣ ਅੰਧਾਰੀ ਕਾਰੀਆ, ਰਾਤ ਅੰਧੇਰੀ ਹੈ ਤੇ ਮੈਂ ਚੰਦਰਮਾ ਢੂੰਡਣੀ ਆ, ਸੂਰਜ ਢੂੰਡਣੀ ਆ, ਦਿਨ ਢੂੰਡਣੀ ਆ, ਉਡੀਕਣੀ ਆ ਦਿਨ ਚੜ ਜਾਏ। ਸਤਿਗੁਰੂ ਦੀ ਬਾਣੀ ਵਿੱਚ ਕਿਹਾ ਚੀਤ ਚਤਵੋਂ ਮਿੱਟੇ ਅੰਧਾਰੇ, ਕਿਸੇ ਤਰ੍ਹਾਂ ਅੰਧੇਰਾ ਖਤਮ ਹੋ ਗਿਆ। ਮੈਂ ਬੜੀ ਪਰੇਸ਼ਾਨ ਹਾਂ, ਰਾਹ ਵੀ ਗੁਆ ਬੈਠੀ ਹਾਂ, ਦੌਲਤ ਵੀ ਗੁਆ ਬੈਠੀ ਹਾਂ, ਸਾਥੀ ਵੀ ਗੁਆ ਬੈਠੀ ਹਾਂ, ਭਲਾ ਦਿਨ ਚੜ ਜਾਏ। ਕਹਿਣ ਲੱਗੇ ਚੀਤ ਚਿਤਵੋਂ ਮਿੱਟ ਅੰਧਾਰੇ, ਅੰਧਾਰੇ ਅੰਧੇਰੇ ਖਤਮ ਹੋਣ, ਜਿਉਂ ਆਸ ਚੱਕਵੀ ਦਿਨ ਚਰੇ। ਚੱਕਵੀ ਦੇ ਮਨ ਵਿੱਚ ਆਸ ਹੈ, ਆਪਣੇ ਪ੍ਰੀਤਮ ਦਾ ਸਾਥ ਗੁਆ ਬੈਠੀ ਹਾਂ, ਚਤੀ ਜਿਉਂ ਨਿਸ ਵਿਛਰੇ, ਆਏ ਮਿਲੇ ਪ੍ਰਭਾਤ, ਭਲਾ ਦਿਨ ਚੜ ਜਾਏ, ਪ੍ਰਭਾਤ ਹੋ ਜਾਏ, ਮੈਨੂੰ ਪ੍ਰੀਤਮ ਮਿਲ ਪਵੇ, ਗੁਆਚ ਗਿਆ ਹੈ। ਚੀਤ ਚਿਤੋਂ ਮਿਟ ਅੰਧਾਰੇ, ਜਿਉਂ ਆਸ ਚੱਕਵੀ ਦਿਨ ਚੜੇ, ਦਿਨ ਚੜੇ। ਤੇ ਇੱਥੇ ਵੀ ਗੁਰੂ ਕਹਿੰਦੇ ਨੇ ਰਹਿਣ ਅੰਧਾਰੀ ਕਾਰੀਆ, ਕਾਲੀ ਬੋਲੀ ਅੰਧੇਰੀ ਰਾਤ ਹੈ, ਕੌਣ ਜੁਗਤ ਉਹ ਦੁਨੀਆਂ ਦੇ ਲੋਗੋ, ਬੜੀ ਪਰੇਸ਼ਾਨ ਆ, ਬਹੁਤ ਕੁਝ ਗੁਆ ਚੁੱਕੀ ਆ। ਕਮਨ ਜੁਗਤ, ਕਿਹੜੀ ਕੋਈ ਜੁਗਤੀ ਰਸਤਾ ਹੈ ਕਿ ਮੈਨੂੰ ਦਿਨ ਚੜਿਆ ਮਿਲ ਜਾਏ। ਕਮਨ ਜੁਗਤ ਜਿੱਤ ਭੋਰੇ, ਭੋਰੇ ਦਾ ਮਤਲਬ ਹੁੰਦਾ ਹੈ ਦਿਨ, ਭੋਰ ਦਿਨ ਨੂੰ ਕਹਿੰਦੇ ਨੇ, ਨਿਸ ਭੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਵਾਂ 'ਤੇ ਆਇਆ ਹੈ ਭੋਰ ਭਈ, ਭਾਵ ਦਿਨ ਚੜਿਆ। ਕਹਿਣ ਲੱਗੇ ਮੈਨੂੰ ਕਿਵੇਂ ਕਿਸੇ ਜੁਗਤੀ ਨਾਲ ਕਿਸੇ ਤਰ੍ਹਾਂ ਦਿਨ ਚੜਿਆ ਮਿਲ ਜਾਏ। ਕਵਨ ਜੁਗਤ ਜਿਤ ਭੋਰ ਹੈ। ਹੁਣ ਗੁਰਬਾਣੀ ਵਿੱਚ ਇਹਦਾ ਜਵਾਬ ਸੀ, ਕਹਿਣ ਲੱਗੇ ਦੀਵਾ ਬਲੇ, ਦੀਵਾ ਬਲੇ ਅੰਧੇਰਾ ਜਾ। ਦੀਵੇ ਲੋਕ ਕਿਉਂ ਬਾਲਦੇ ਨੇ, ਉਹਨੂੰ ਤਿਉਹਾਰ ਕਿਉਂ ਸਮਝਦੇ ਨੇ। ਲੋ ਮੈਂ ਇਸ ਪਾਸਿਓਂ ਆਰੰਭ ਕਰਨਾ ਚਾਹੁੰਦਾ, ਅੰਧੇਰਾ ਜਾ। ਬ
ਵੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨਾ ਜਾਪੇ ਚੰਦ ਰਾਤ ਤੋਂ ਪਰੇਸ਼ਾਨ ਇੱਕ ਖਿਆਲ ਕਰਿਓ ਰਾਤ ਵੀ ਕਿਸੇ ਹੋਰ ਨੇ ਨਹੀਂ ਬਣਾਈ ਜਿਨ ਦਿਨ ਕਰਕੇ ਕੀਤੀ ਰਾਤ ਜਿਨ ਰਾਤ ਦਿਨ ਰਾਤੀ ਜਿਨ ਬਣਾਈਆਂ ਰਾਤ ਵੀ ਉਹਨੇ ਬਣਾਈ ਦਿਨ ਵੀ ਉਹਨੇ ਬਣਾਇਆ ਪਰ ਇੱਕ ਖਿਆਲ ਕਰਿਓ ਤੈਨੂੰ ਪਰਖਣ ਲਈ ਤੈਨੂੰ ਕੀ ਪ੍ਰਵਾਨ ਹੈ ਮਨੁੱਖ ਨੂੰ ਰਾਤ ਪ੍ਰਵਾਨ ਨਹੀਂ ਹੋਈ ਇੱਕ ਵਾਰ ਕੀਤੀ ਸੀ ਰਾਤ ਨੂੰ ਤਾਂ ਮਨੁੱਖ ਦੇਖਣਾ ਵੀ ਨਹੀਂ ਚਾਹੁੰਦਾ ਸੌਣ ਲਈ ਨਿਸ਼ਚਿਤ ਕਿਉਂ ਕੀਤੀ ਇਹ ਤਾਂ ਇਹਦੀ ਮਜਬੂਰੀ ਹੈ ਇਹਦੇ ਪਦਾਰਥਵਾਦ ਨੇ ਇਹਨੂੰ ਮਜਬੂਰ ਕਰ ਦਿੱਤਾ ਹੈ ਕਿ ਰਾਤ ਨੂੰ ਹੀ ਜਾਗ ਕੇ ਕੁਛ ਕਰਨਾ ਚਾਹੁੰਦਾ ਹੈ ਪਰ ਸਿਆਣੇ ਲੋਕਾਂ ਨੇ ਰਾਤ ਕੇਵਲ ਸੌਣ ਲਈ ਨਿਸ਼ਚਿਤ ਕਰ ਸੌਣਾ ਕੀ ਹੈ ਅੱਖਾਂ ਬੰਦ ਕਰ ਲੈਣੀਆਂ ਚੇਤਨ ਤਾਂ ਖੋਦੇ ਨਹੀਂ ਪਤਾ ਨਹੀਂ ਕੀ ਹੈ ਰਾਤ ਮੈਂ ਦੇਖਣਾ ਵੀ ਨਹੀਂ ਚਾਹੁੰਦਾ ਰਾਤ ਦੀ ਤਾਂ ਸੋਚ ਵੀ ਮੇਰੇ ਦਿਮਾਗ ਅੰਦਰ ਮੈਨੂੰ ਪਰੇਸ਼ਾਨ ਕਰ ਦਿੰਦੀ ਇਸ ਲਈ ਮੈਂ ਸੋਚ ਵੀ ਸਵਾ ਦੇਣਾ ਚਾਹੁੰਦਾ ਮੈਨੂੰ ਪਤਾ ਹੀ ਨਾ ਹੋਵੇ ਰਾਤ ਕਿਵੇਂ ਗੁਜ਼ਰ ਗਈ ਮਨੁੱਖ ਨੇ ਰਾਤ ਇਸ ਲਈ ਨਿਸ਼ਚਿਤ ਕੀਤੀ ਸੀ ਸੌਣ ਲਈ ਬਲਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬਾਣੀ ਅੰਦਰ ਇੱਕ ਥਾਵੇਂ ਇੱਕ ਲਫ਼ਜ਼ ਕਹੇ ਨੇ ਕਹਿਣ ਲੱਗੇ ਰਾਤ ਤਾਂ ਇੰਨੀ ਬਦਕਿਸਮਤ ਹੈ ਇਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਕੇਵਲ ਚੋਰ ਡਾਕੂ ਹੀ ਪਸੰਦ ਕਰਦੇ ਨੇ ਜਿਹੜੇ ਆਪ ਅੰਧੇਰੀ ਅੰਧੇਰਾ ਕਾਲਖ ਅੰਦਰ ਲਈ ਬੈਠੇ ਨੇ ਉਹਨਾਂ ਵਾਸਤੇ ਅੰਧੇਰੀ ਰਾਤ ਬੜੀ ਚੰਗੀ ਖੂਬਸੂਰਤ ਹੈ ਜਦੋਂ ਜਿਉਂ ਜਿਉਂ ਅੰਧੇਰੀ ਰਾਤ ਆਉਂਦੀ ਹੈ ਤਿਉਂ ਤਿਉਂ ਚੋਰੀਆਂ ਜ਼ਿਆਦਾ ਹੁੰਦੀਆਂ ਨੇ ਡਾ ਗੁਰੂ ਨੂੰ ਪਾਣੀ ਵਿੱਚ ਆਖੀ ਕਹਿੰਦੇ ਨੇ ਰਾਤੀ ਹੋਵਨ ਕਾਰੀਆ ਜਦੋਂ ਰਾਤਾਂ ਕਾਲੀਆਂ ਹੁੰਦੀਆਂ ਨੇ ਅੰਧੇਰੀਆਂ ਹੁੰਦੀਆਂ ਨੇ ਅਤੇ ਜਿਹੜੇ ਦਿਲਾਂ ਦੇ ਕਾਲੇ ਲੋਕ ਗੁਨਾਹਗਾਰ ਲੋਕ ਉਹ ਜਾਗ ਪੈਂਦੇ ਨੇ ਰਾਤੀ ਹੋਵਨ ਕਾਲੀਆ ਕਾਰੇ ਉਭੇ ਜੰਤ ਤੇ ਫਿਰ ਉਹ ਕਰਦੇ ਕੀ ਨੇ ਲੈ ਫਾਹੇ ਰਾਤੀ ਤੁਰੇ ਰਾਤ ਅੰਧੇਰੀ ਸੀ ਉਹ ਨਫਾਈਆਂ ਰੱਸੀਆਂ ਰੱਸੇ ਕਮੰਦ ਕਿਸੇ ਦਾ ਘਰ ਲੁੱਟਣ ਲਈ ਉਹਦੇ 'ਤੇ ਉਹਦੀਆਂ ਦੀਵਾਰਾਂ ਟੱਪਣ ਲਈ ਉਠਾ ਲੈ ਅਤੇ ਤੁਰ ਪਏ ਅਤੇ ਤੁਰੇ ਰਾਤ ਨੂੰ ਹੈ ਕਿਸੇ ਦਾ ਘਰ ਲੁੱਟਣ ਵਾਲਾ ਰਾਤ ਪਸੰਦ ਕਰਦਾ ਰਾਤ ਪਸੰਦ ਕਰ ਲੈ ਅਤੇ ਉਹ ਵੀ ਕਾਲੀ ਬੋਲੀ ਅੰਧੇਰੀ ਰਾਤ ਗੁਰੂ ਬਾਣੀ ਵਿੱਚ ਆਖ ਰਹੇ ਨੇ ਕਹਿੰਦੇ ਨੇ ਰਾਤੀ ਹੋਵਨ ਕਾਲੀਆ ਕਾਰੇ ਉਭੇ ਜੰਤ ਲੈ ਫਾਹੇ ਰਾਤੀ ਤੁਰੇ ਫਾਈਆਂ ਲੈ ਕੇ ਤੁਰ ਸਮਾਜ ਨੂੰ ਇਸੇ ਲਈ ਰਾਤ ਖਾਸ ਕਰਕੇ ਅੰਧੇਰੀ ਰਾਤ ਪਸੰਦ ਨਹੀਂ ਆਈ ਦਿਵਾਲੀ ਵੀ ਕਿਸ ਗੱਲ ਦਾ ਪ੍ਰਤੀਕ ਬਣ ਗਈ ਇਹਦਾ ਕੋਈ ਧਾਰਮਿਕ ਇਤਿਹਾਸ ਨਹੀਂ ਜਿਹੜਾ ਸਾਡੇ ਨਾਲ ਜੀਵਨ ਨਾਲ ਸੰਬੰਧ ਰੱਖਦਾ ਹੋਵੇ ਕੋਈ ਧਾਰਮਿਕ ਇਤਿਹਾਸ ਨਹੀਂ ਸਮਾਜਿਕ ਤਿਉਹਾਰ ਹੈ ਸਿਰਫ ਅੰਧੇਰੀ ਰਾਤ ਨੂੰ ਮੱਸਿਆ ਨੂੰ ਹੀ ਕਿਉਂ ਆਉਂਦੀ ਹੈ ਦਿਵਾਲੀ ਮੈਂ ਇੱਕ ਵਾਰ ਕੀਤੀ ਸੀ
दिवाली मस्या नूं ही क्यों आउंदी है। हिंदू मत दे मुताबक जिहड़ा बिक्रमी कैलेंडर है उसके मुताबिक दिन बदलते हैं, पर दिन दिवाली दे नहीं बदलते, मस्या दे बदलते हैं। थितां दे मुताबक जदों मस्या बदल जाती है तो दिवाली भी बदल जाती, क्योंकि दिवाली मनाई ही मस्या नूं जाती है। ख्याल करो जिवें अंधेरा होएगा त्यों दीवे की लोड़ पेगी, जाते होवे ना भी दिन बदलते ने बिक्रमी सन के मुताबक, तो सिर्फ दिवाली बदले नहीं मस्या बदलती है। दिवाली तो मस्या नाल जुड़ गई, दीवा बले अंधेरा जाए, दीवे का संबंध मस्या नाल। पर अगे रुकना है, एक ख्याल करना है, मनुख रात नूं पसंद नहीं कर रहा। मैं तो हैरान हूं, आप आम जीवन में घर अंदर आखने भी 30 दिन का महीना है, कदे किसी ने आख्या 30 रातों का महीना, रात हर दिन तो रात नाल जुड़े हुआ, हर दिन रात नाल जुड़े हुआ, दिन तो सर पर पौसी रात, कोई दिन ऐसा नहीं जिंदे नाल रात ना जुड़ी हुए। पर मनुख ने कभी यह भी नहीं आखिया भी 30 दिन रात का महीना नहीं, 30 दिनों का महीना, क्योंकि याद ये दिन नूं ही रखता, रात नूं याद ही नहीं करना चाहता, क्योंकि रात आंदी रहे। बल्कि गोरिया ने भी अपने जे बोली बिच इंग्लिश बिच जो ना रखे ने उत्थे दिन का रखे, रात का नहीं रखिया। संडे है डे आख्या, नाइट नहीं आख्या, दिन नूं याद कर रहे थे, रात नूं याद ही नहीं। मंडे ट्यूसडे है डे, नाइट कोई नहीं, हर डे नाल नाइट जुड़ी हुई है। मैं ना नहीं लेना चाहता, ये भी समझते ने रात ना ना भी ना लियो, जे असी रात नूं पूज रहे हैं और रात का ना भी नहीं लेना चाहते। क्यों नहीं लेना चाहते? क्योंकि रात बहुत कुछ गवा दिंदी है। मैं कल दे सब्जेक्ट नाल दर्ज जोड़ लिया, इहो लफज कल आए सन, गल काती राजे कसाई धर्म पंख कर उडरिया कूड़ अमावस। अमावस नूं मस्या नूं तां कूड़ आख्या बाणी विच, मस्या नूं गुरबाणी ने कूड़ लफज वरत्या, ते असी मस्या पूजने। बल्कि एक बार बिलास नाल एक लफज कह सन, केडी अजीब गल है, अगे कूड़ नूं जा झूठ नूं जा मस्या नूं दी अंधेरी रात नूं सिर्फ चोर ते डाकू ही खुश हुंदे सन, हुण ते साध भी खुश हुंदे, वो भी उड़ीकदे ने कदों मस्या आवे, किसे नूं आखिए 12 मस्या इशनान कर जाई आ मिल जाएगा। गुरु आखदा कूड़ अमावस, इहदा मतलब असीं कूड़ दी भी पूजा शुरू कर लईए। अंधेरा कूड़ है, मस्या कूड़ है, अंधेरी रात जिन्हों असीं पसंद नहीं कर रहे, समाज पसंद नहीं कर रहा। मत समझो असीं इस लक्ष्मी पूजा के नाम थले भुलेखे पे हुए मनुख जड़े ने अंधेरे नू पूज रहे ने, क्योंकि लक्ष्मी जिन्हों वो माया आखते ने वह भी काली है। मैं हैरान हूं गुरबाणी जो सामने साढ़े सामने चीज़ आ जाए,
गुरु ने क्यों आख्या अंजन माए निरंजन रहिए। इस माया दे विच माया तो रहत रहना है, वो निरंजन क्यों है? अंजन कहिंदे ने कालख नूं, अंजन दा क्रिया अर्थ कालख। आपां जिहड़े पहले समय अंदर बच्चियां नूं आपां अखां विच पाउंदे उहनूं कहिंदे सन अंजन पा लै सुरमा, ते उह की हुंदा? काला हुंदा, उहदा नां ही अंजन सी। ते उह मालक सुरमा है नहीं, उह कालख है नहीं, वो उजला है, वो चानन है, अंधेरा है नहीं। ये सारिया चीज़ा आपस में जो असं संबंध जोड़ के वेखने गुरबाणी विचों साढ़े सामने पेत खुल जाते हैं। रब चानन है, अंधेरा नहीं, असं अंधेरा पूज रहे हैं। रब सफेदी है पर असी कालख पूज रहे हैं। वो निरंजन है, असी अंजन पूज रहे हैं। उनका कारण क्योंकि साड़ी पछाण गुरु नानक दी पछाण नहीं। असी एक भुलेखा खा लिया, ये तो मन विच आ गया कि अंधेरे विच दीवे दी लोड़ है भी, जे बदकिस्मती नाल अंधेरा आ जाए ते अंधेरे विच दीवे दी लोड़ है, पर केड़ा दीवा ये नहीं समझ सकते। कल भी एक लफज आए सन कि कुछ लोग वो भी ने जेड़े तीर्थां ते जाके डूनिया विच दीवे जगा के अपने पितरां नूं पुरखियां नूं भेजदे ने, वो भी रोशनी विच आ जाए, उन्हां नूं भी चानण मिल जाए। ते वो दीवे दो चार कदम ते जाके नदी विच तुसी देख लियो, गंगा जमुना विच अज भी तोर तारदे ने। दो चार कदम ते जाके जां हवा दा बुल्ला आउंदा है उंदे नाल बुझ जांदे ने, जां कोई लहर आउंदी है उंदे नाल डुब जांदे ने। ते गुरु ने बाणी विच आख दित्ता, कहन लगे पानी मरै ना बुझाया जाए, ऐसा दीवा नीर तराए। गुरबाणी पढ़िया, जे तैनू दीवे दी लोड़ भी प्रतीत होई है तां ओ तार जिहड़ा ना हवा नाल बुझे ना पानी विच डुब के मरे खत्म हो गए। पानी मरै ना बुझाया जाए, ऐसा दीवा नीर तराए। डोले वाओ ना वड्डा होए, जापे ज्यो सिंघासन लोए। वाओ नाल उंदी जिहड़ी लाट है वह डोलन लग पैंदी है। असी छेती नाल हथ दिंदे आ। तुसी कई बार देखो दीवा जगा के बाहर निकलो, हवा चलती होवे, जे हवा थोड़ी ज़्यादा महसूस होवे तो फिर उंदी लाट डोलन, पहला वो लाट डोलन लग पैंदी। सानू फिक्र हो जाता कि बुझ ना जाए, फिर उंदे अगे हथ दे लईदा। जिन्हों हाथ दे के तू बचा रहे हैं, जिन्हों हाथ दे के तू उनका सहारा तू ले रहे हैं, वो तो तेरे सहारे जीओ रहा है। डोले वाओ ना वड्डा होए, जापे ज्यो सिंघासन लोए। कहन लगे लोड़ तो है ऐसा दीवा नीर तराए, डोले वाओ ना वड्डा होए, जिहड़ा वाह नाल डोले ना वड्डा ना होवे। पुराने संबंध दे अंदर दी बोली सी बुझा देना, लफज जिहड़ा है ना वह माड़ा समझदे सन भी दीवा बुझा दिओ। बुजुर्ग माता कहिंदे सन जा दीवा वड्डा कर आ, इहां बुजुर्गां नूं याद होएगा। मावां आखदियां सन दीवा वड्डा कर ले। हुण उत्थे वड्डा लफज वरतदे सन अपने संतुष्टता लई, उनका मतलब सी बुझा दे, पर बुझा दे लफज क्योंकि माड़ा नजर आता सी दीवा बुझ जाए, फलाने का दीवा बुझ गया, इसलिए कह दें सन वड्डा कर दे। तो इतने भी गुरु ने वह लफज वरत्या क्योंकि समाजिक बोली है श्री गुरु ग्रंथ साहब, उ लफज वरत्या। कहन लगे डोले वाओ ना वड्डा होए, ना वाह नाल इंदी लाट डोले ते ना ये वड्डा होवे बुझे।
ਜਾਪੇ ਜਿਉਂ ਸਿੰਘਾਸਨ ਲੋਏ। ਜਿਵੇਂ ਦੁਨੀਆ ਦੇ ਸਿੰਘਾਸਨ 'ਤੇ ਕਿਸੇ ਬਾਦਸ਼ਾਹ ਤੋਂ ਬਹਿੰਦਾ ਜਿਨ ਦੀ ਬਾਦਸ਼ਾਹੀ ਨੂੰ ਕੋਈ ਫਿਕਰ ਨਾ ਹੋਵੇ, ਇਸ ਤਰ੍ਹਾਂ ਦਾ ਦੀਵਾ ਬਾਲ। ਅਤੇ ਹੁਣ ਜ਼ਰਾ ਮੈਂ ਅੱਗੇ ਵਧਣਾ ਚਾਹੁੰਦਾ। ਸਾਧੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਰਹਿਣ ਅੰਧਾਰੀ ਕਾਰੀਆ, ਰਾਤ ਅੰਧੇਰੀ ਬਹੁਤ ਕੁਝ ਗਵਾ ਗਿਆ, ਸੁਝਦਾ ਨਹੀਂ, ਅਤੇ ਦੀਵਿਆਂ ਦਾ ਸਹਾਰਾ ਲੈ ਕੇ ਦੀਵਾਲੀ ਦੀਪਮਾਲਾ ਆਖ ਕੇ ਜੇ ਮੈਂ ਆਪਣੇ ਮਨ ਨੂੰ ਸੰਤੁਸ਼ਟ ਕਰਾਂ, ਇਹ ਵੀ ਬੁੱਝ ਜਾਂਦੇ ਨੇ, ਇਹ ਵੀ ਕਿਸੇ ਦੇ ਸਹਾਰੇ 'ਤੇ ਨੇ। ਇਸ ਨਾਲੋਂ ਚੰਗਾ ਗੱਲ ਸਵਾ ਨਹੀਂ, ਜੇ ਦੇਣੀ ਚੜ੍ਹ ਜਾਏ, ਲਓ ਇੱਥੇ ਰੁਕਣਾ ਚਾਹੁੰਦਾ। ਚੰਗੀ ਗੱਲ ਨਹੀਂ ਦਿਨ ਚੜ੍ਹ ਜਾਏ, ਚੀਤ ਚਿਤ ਵੋ ਮਿਟ ਅੰਧਾਰੇ, ਜਿਉਂ ਆਸ ਚੱਕ ਵੀ ਦਿਨ ਚੜ੍ਹੇ। ਇਹ ਦੀਵੇ ਤਾਂ ਬੁੱਝ ਜਾਣਗੇ, ਨਿਰੇ ਬੁੱਝਣਗੇ ਨਹੀਂ, ਇਹਦਾ ਇਹਨਾਂ ਦਾ ਦੂਜਾ ਪੱਖ ਵੀ ਦੇਖ ਲੈ। ਉਹ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਲੱਖਾਂ ਦੀਵੇ ਜਗਾ ਲੈ। ਅੱਜ ਸ਼੍ਰੋਮਣੀ ਕਮੇਟੀ ਵੀ ਆਖਦੀ ਹੈ ਅਸੀਂ ਲੱਖਾਂ ਦੀਵੇ ਜਗਾਏ ਨੇ, ਉੱਪਰ ਭਲਿਓ ਭਲਾ ਇੰਨੇ ਦੀਵੇ ਜਗਾ ਕੇ ਤੁਸੀਂ ਦਿਨ ਚੜ੍ਹਾ ਲਿਆ। ਦਿਨ ਹੋਰ ਚੀਜ਼ ਹੈ, ਦੀਵਿਆਂ ਦਾ ਚਾਨਣ ਹੋਰ ਚੀਜ਼ ਹੈ। ਦੀਵੇ ਤੁਸੀਂ ਕਰੋੜਾਂ ਵੀ ਜਗਾ ਲਓ, ਦਿਨ ਨਹੀਂ ਚੜ੍ਹਦਾ। ਬੜੀ ਖੂਬਸੂਰਤ ਗੱਲ ਇੱਕ ਲਾਈਨ ਵਿੱਚ ਭਾਈ ਗੁਰਦਾਸ ਜੀ ਨੇ ਕੀਤੀ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਕਹਿਣ ਲੱਗੇ, ਨਿਸ ਅੰਧਕਾਰ ਬਹੁ ਤਾਰਕਾ ਚਮਤਕਾਰ, ਇੱਕ ਲਾਈਨ ਹੈ, ਇਹਦੇ ਵਿੱਚ ਬੜਾ ਵੱਡਾ ਖੁਲਾਸਾ ਕੀਤਾ ਨੇ। ਕਹਿੰਦੇ ਲੱਗੇ ਨਿਸ ਅੰਧਕਾਰ, ਨਿਸ ਦਾ ਮਤਲਬ ਰਾਤ, ਅੰਧਕਾਰ ਅੰਧੇਰਾ। ਆਖੇ ਅੰਧੇਰੀ ਰਾਤ ਹੋਵੇ ਤਾਂ ਬਹੁਤੇ ਤਾਰੇ ਚਮਕਦੇ ਨੇ। ਹੁਣ ਗੱਲ ਕਿੱਡੀ ਸੱਚਾਈ। ਭਾਈ ਸਾਹਿਬ ਕਹਿੰਦੇ ਨੇ ਨਿਸ ਅੰਧਕਾਰ ਬਹੁਤ ਤਾਰਕਾ ਚਮਤਕਾਰ, ਬਹੁਤ ਉੱਥੋਂ ਤੋਂ ਦੀਵਿਆਂ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰ ਰਿਹਾ ਵੀ ਮੈਂ ਅੰਧੇਰੀ ਰਾਤ ਵਿੱਚ ਦੀਵੇ ਜਗਾ ਲੈਣੇ, ਬਸ ਦੀਪਮਾਲਾ ਕਰ ਲਈ, ਦੀਵਾਲੀ ਕਰ ਲਈ, ਖੁਸ਼ ਹੈ। ਉਹ ਭਲਿਆ ਲੱਖ, ਦੋ ਲੱਖ, ਦਸ ਲੱਖ ਦੀਵੇ ਜਗਾ ਲਵੇ, ਤੇਰੇ ਨਾਲ ਦਿਨ ਨਹੀਂ ਚੜ੍ਹ ਜਾਣਾ, ਇਹ ਦੋ ਚਾਰ ਘੰਟੇ ਬਾਅਦ ਬੁੱਝ ਜਾਣੇ ਨੇ, ਦਿਨ ਨਹੀਂ ਚੜ੍ਹਨਾ। ਇਹ ਸਾਰਿਆਂ ਮਿਲ ਕੇ ਦੀਵਿਆਂ ਨੇ ਦਿਨ ਨਹੀਂ ਚੜ੍ਹਾ ਲੈਣਾ, ਇਹ ਤਾਂ ਕਿਤੇ ਹੀ ਰਹਿ ਗਿਆ। ਮੈਂ ਆਕਾਸ਼ ਵੱਲ ਜਦੋਂ ਨਿਗਾਹ ਮਾਰਨਾ, ਉਹ ਵੀ ਰਾਤ ਅੰਧੇਰੀ ਵਿੱਚ ਆਉਂਦੇ ਨੇ, ਤਾਰੇ ਚਾਨਣੀ ਰਾਤ ਵਿੱਚ ਨਹੀਂ ਹੁੰਦੇ, ਬਹੁਤ ਘੱਟ ਗਿਣਤੀ ਵਿੱਚ ਹੁੰਦੇ ਨੇ। ਬਹੁਤੇ ਤਾਰੇ ਅੰਧੇਰੀ ਰਾਤ ਵਿੱਚ ਹੁੰਦੇ ਨੇ। ਕਹਿਣ ਲੱਗੇ, ਦੀਵੇ ਤਾਂ ਤੂੰ ਘੱਟ ਜਗਾਉਂਦਾ ਹੋਵੇਗਾ, ਫਿਰ ਵੀ ਗਿਣੀ ਮਿੱਥੀ ਗਿਣਤੀ ਨਾਲ ਦੀਵੇ ਜਗਾ ਕੇ ਤੂੰ ਆਸ ਰੱਖਣਾ ਵੀ ਮੈਂ ਦੀਵਾਲੀ ਮਨਾ ਲਈਏ। ਪਰ ਭਲਿਆ, ਤਾਰੇ ਤਾਂ ਬਹੁਤ ਅਣਗਿਣਤ ਨੇ, ਉਹਨਾਂ ਦੀ ਗਿਣਤੀ ਕੋਈ ਨਹੀਂ। ਉਹ ਤਾਰੇ ਵੀ ਰਾਤ ਨੂੰ ਦਿਨ ਵਿੱਚ ਨਹੀਂ ਬਦਲ ਸਕੇ। ਤੇਰੇ ਦੀਵਿਆਂ ਨੇ ਵੀ ਦੀਵਾਲੀ ਦੀ ਰਾਤ ਹੀ ਆਖੀਏ, ਦੀਵਾਲੀ ਦਾ ਦਿਨ ਨਹੀਂ। ਅਸੀਂ ਦੀਵਾਲੀ ਦੀ ਰਾਤ ਦੀਵੇ ਜਾਣਿਆ, ਸ਼ਬਦ ਵੀ ਕਿਸੇ ਭੁਲੇਖੇ ਨਾਲ ਆਮ ਪੜ੍ਹਿਆ ਜਾਂਦਾ, ਦੀਵਾਲੀ ਕੀ ਰਾਤ ਦੀਵੇ ਬਾਲੀਏ। ਇਸ ਗੱਲ ਦੀ ਪ੍ਰੇਰਨਾ ਲੈ ਕੇ ਬੜੇ ਭੋਲੇ ਭਾਲੇ ਸਿੰਘ ਗੁਰਦੁਆਰਿਆਂ ਵਿੱਚ ਦੀਵੇ ਜਗਾਉਂਦੇ ਨੇ। ਮੈਂ ਅੱਗੇ ਵਧਣਾ ਚਾਹੁੰਦਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਲੱਖਾਂ ਦੀਵੇ ਬਾਲ ਕੇ ਦਿਨ ਨਹੀਂ ਚੜ੍ਹਦਾ, ਰਾਤ ਦਿਨ ਵਿੱਚ ਨਹੀਂ ਬਦਲਦੀ, ਦੀਵਾਲੀ ਦੀ ਰਾਤ ਹੀ ਰਹਿੰਦੀ। ਉਹ ਛੱਡੋ। ਕਹਿਣ ਲੱਗੇ, ਦੀਵੇ ਤਾਂ ਕਿਤੇ ਰਹਿ ਗਏ, ਇਹ ਅਣਗਿਣਤ ਤਾਰੇ ਉਹ ਵੀ ਅੰਧੇਰੀ ਰਾਤ ਵਿੱਚ ਚਮਕਦੇ ਨੇ।
ਅਤੇ ਸਾਰੇ ਚਮਕਣ ਵਾਲੇ ਤਾਰੇ ਮਿਲ ਕੇ ਵੀ ਜੇ ਚਾਹਣ ਨਾ ਵੀ ਕੋਈ ਦਿਨ ਚੜ ਜਾਏ ਤਾਰੇ ਵੀ ਰਾਤ ਨੂੰ ਦਿਨ ਨਹੀਂ ਬਣਾ ਸਕਦੇ ਕੋਸ਼ਿਸ਼ ਕਰਿਓ ਸਾਰੇ ਤਾਰੇ ਵੀ ਮਿਲ ਕੇ ਰਾਤ ਨੂੰ ਦਿਨ ਨਹੀਂ ਬਣਾ ਸਕਦੇ ਤੇਰੇ ਦੀਵਿਆਂ ਨੇ ਤਾਂ ਕੀ ਬਣਾਉਣਾ ਹੈ ਤਾਰੇ ਵੀ ਨਹੀਂ ਬਣਾ ਸਕਦੇ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਇੱਕ ਹੋਰ ਵਾਰ ਵਿੱਚ ਵੀ ਉਹਦੇ 'ਚ ਵੀ ਕਹਿਣ ਲੱਗੇ ਰਾਤੀ ਤਾਰੀਆਂ ਕਬੀਰ ਰਾਤੀ ਕਾਰੀਆਂ ਕਰੇ ਉਬੇ ਜੰਤੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਤੀ ਹੋਵਣ ਕਾਰੀਆਂ ਲੱਖ ਕਰੋੜੀ ਚਮਕਣ ਤਾਰੇ ਇੱਕ ਨਹੀਂ ਦੋ ਨਹੀਂ ਕਿੰਨੇ ਕੁ ਦੀਵੇ ਦੀ ਗੱਲ ਜਗਾ ਲਏਗਾ ਇਹ ਕਰੋੜਾਂ ਤਾਰੇ ਚਮਕ ਰਹੇ ਨੇ ਪਰ ਇਸ ਅੰਧੇਰੀ ਰਾਤ ਵਿੱਚ ਜਦੋਂ ਕਾਲੀ ਰਾਤ ਵਿੱਚ ਤਾਰੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਚਮਕ ਰਹੇ ਸਨ ਮੈਂ ਕਿਸੇ ਬੀਬੀ ਨੂੰ ਸ਼ਾਮ ਪਈ ਅੰਧੇਰੀ ਅਤੇ ਉਸ ਵਕਤ ਘਰ ਵਿੱਚ ਦੀਵਾ ਬਾਲਦਿਆਂ ਵੇਖਿਆ ਭਾਈ ਗੁਰਦਾਸ ਕਹਿੰਦੇ ਨੇ ਦੀਵਾ ਬਾਲਦਿਆਂ ਵੇਖਿਆ ਅਤੇ ਮੈਂ ਪੁੱਛ ਬੈਠਾ ਬੀਬਾ ਤੈਨੂੰ ਦੀਵੇ ਦੀ ਕੀ ਲੋੜ ਪਈ ਆ ਵੇਖ ਆਕਾਸ਼ 'ਤੇ ਇੰਨੇ ਤਾਰੇ ਚੜ੍ਹੇ ਨੇ ਇਹਨਾਂ ਤਾਰਿਆਂ ਵਿੱਚੋਂ ਇੱਕ ਤਾਰੇ ਨੂੰ ਆਖ ਤੇਰੇ ਘਰ ਵਿੱਚ ਆ ਜਾਏ ਤੇਰਾ ਘਰ ਰੌਸ਼ਨ ਹੋ ਜਾਏ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਲੱਖ ਕਰੋੜੀ ਚਮਕਣ ਤਾਰੇ ਅਤੇ ਸਭ ਕੁਝ ਘਰ ਘਰ ਦੀਵੇ ਬਾਲੀਆਂ ਨੇ ਬਾਬਾ ਇਹ ਆਕਾਸ਼ ਦੇ ਤਾਰੇ ਮੇਰੇ ਘਰ ਨਹੀਂ ਰੋਸ਼ਨ ਆ ਸਕਦੇ ਦਿਲ ਨਹੀਂ ਚੜਾ ਸਕਦੇ ਤੇਰੇ ਦੀਵੇ ਸੰਸਾਰ ਅੰਦਰ ਦਿਨ ਵਿੱਚ ਨਹੀਂ ਰਾਤ ਨੂੰ ਬਦਲ ਸਕਦੇ ਆਕਾਸ਼ ਦੇ ਤਾਰੇ ਕਦੀ ਦਿਨ ਵਿੱਚ ਨਹੀਂ ਬਦਲ ਸਕਦੇ ਹਾਂ ਜੇ ਦਿਨ ਵਿੱਚ ਬਦਲਣਾ ਤਾਂ ਉਹ ਕਿੰਨੇ ਬਦਲਣਾ ਭਾਈ ਗੁਰਦਾਸ ਜੀ ਦੇ ਲਫ਼ਜ਼ ਨੇ ਕਹਿਣ ਲੱਗੇ ਨਿਸ ਅੰਧਕਾਰ ਬਹੁਤ ਤਾਰ ਕਾ ਚਮਤਕਾਰ ਨਿਸ ਅੰਧਕਾਰ ਬਹੁਤ ਤਾਰ ਕਾ ਚਮਤਕਾਰ ਦਿਨ ਦਿਨ ਕਰ ਏਕੰਕਾਰ ਪਹਿਚਾਨੀਐ ਭਾਈ ਗੁਰਦਾਸ ਜੀ ਦੀ ਇੱਕ ਲਾਈਨ ਹੈ ਕਹਿਣ ਲੱਗੇ ਨਾ ਰਾਤ ਤਾਰਿਆਂ ਨੇ ਬਦਲੀ ਦਿਨ ਨਹੀਂ ਚੜਿਆ ਆਪਣੀ ਚਮਕ ਦਿਖਾਉਂਦੇ ਰਹੇ ਬੜੇ ਚਮਕਦੇ ਸਨ ਨਿਸ ਅੰਧਕਾਰ ਤਾਰਕਾ ਚਮਤਕਾਰ ਫਿਰ ਕਹਿਣ ਲੱਗੇ ਦਿਨ ਦਿਨਕਰ ਦਿਨਕਰ ਕਹਿੰਦੇ ਨੇ ਸੂਰਜ ਨੂੰ ਦਿਨ ਕਿਵੇਂ ਚੜਿਆ ਤਾਰਿਆਂ ਨਾਲ ਦੀਵਿਆਂ ਨਾਲ ਨਾ ਤੇਰੇ ਦੀਵੇ ਦਿਨ ਬਣ ਸਕੇ ਨਾ ਤਾਰੇ ਦਿਨ ਬਣ ਸਕੇ ਦਿਨ ਕਿਵੇਂ ਚੜਿਆ ਭਾਈ ਸਾਹਿਬ ਕਹਿੰਦੇ ਨੇ ਦਿਨ ਦਿਨਕਰ ਏਕੰਕਾਰ ਪਹਿਚਾਨੀਏ ਜਦੋਂ ਮੈਂ ਵੇਖਿਆ ਵੀ ਇੱਕੋ ਹੀ ਸੂਰਜ ਇੰਨੇ ਤਾਰੇ ਦਿਨ ਨਹੀਂ ਬਦਲ ਸਕੇ ਦਿਨ ਨਹੀਂ ਚੜਾ ਸਕੇ ਇੱਕੋ ਸੂਰਜ ਨੇ ਦਿਨ ਚੜਾ ਦਿੱਤਾ ਤਾਂ ਮੈਨੂੰ ਏਕੰਕਾਰ ਯਾਦ ਆਇਆ ਭਾਈ ਗੁਰਦਾਸ ਕਹਿੰਦੇ ਮੈਨੂੰ ਏਕੰਕਾਰ ਯਾਦ ਆਇਆ ਵੀ ਇੱਕੋ ਹੀ ਰੱਬ ਸੰਸਾਰ ਅੰਦਰ ਚਾਨਣ ਦਾ ਰੂਪ ਹੈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਇਸ ਲਈ ਮੈਨੂੰ ਏਕੰਕਾਰ ਯਾਦ ਆਇਆ ਜਦੋਂ ਮੈਂ ਵੇਖਿਆ ਵੀ ਇੱਕੋ ਸੂਰਜ ਉਹ ਕੰਮ ਕਰ ਗਿਆ ਜਿਹੜੇ ਲੱਖਾਂ ਤਾਰੇ ਨਹੀਂ ਕਰ ਸਕੇ ਇਹਨਾਂ ਤਾਰਿਆਂ ਨੇ ਦਿਨ ਨਹੀਂ ਚੜਾਇਆ ਅਤੇ ਜਦੋਂ ਸੂਰਜ ਆਇਆ ਸੂਰਜ ਇੱਕੋ ਸੀ ਉਹ ਆਉਣ ਦੀ ਦੇਰ ਸੀ ਦਿਨ ਚੜ੍ਹ ਗਿਆ ਇੱਕ ਖਿਆਲ ਕਰਿਓ
दिन आपां इह मत समझियो भी दिन चढ़े सूरज आउंदा है, सूरज दे आउण नाल दिन चढ़दा है। आ सोच विच फर्क है, दिन चढ़े सूरज नहीं आउंदा, बल्कि सूरज आउण नाल ज्यों ज्यों सूरज धरती दे सामने आउंदा है त्यों त्यों दिन दियां रिश्मां फुटदियां ने। सूरज दिन चढ़ाउंदा है, पर एक ख्याल करियो वो इकला है, सूरज एको रुत अनेक नानक कृतिक कहते वो इकला है। कहन लगे जो मैं सूरज नू दिन चढ़ाउंदिया वेख्या तारे भी छुप गए अंधेरा भी दौड़ गया, ते जदों मैं सूरज नू दिन चढ़ाउंदा वेख्या मैनू वो वेख्या भी वो इक्को ही है, फिर मैनू क्यों तार याद आया भी एक एक क्यों तार है जेड़ा साडे जीवन विच दिन चढ़ा सकदा है। लो एथे खलोना चाहना, इक्को एक क्यों तार है जेड़ा सानू भुल गया। भाई गुरदास जी की एक वाह पौड़ी होर आप आम प्रचलित है, उनके च लफज वरते सतगुरु नानक प्रगटिया, सतगुरु नानक प्रगटिया मिटी धुंद, मिटी धुंद जग चानन होया। दिन चढ़ गया, चानन रखा दीवे नहीं कर सकते, भटकदा रहा मनुख, अपने जीवन की पूंजी गुआच बैठी है। पर इक्को ही सूरज चढ़िया, दिन चढ़ गया, ज्यों कर सूरज निकलिया तारे छुपे, ज्यों कर सूरज निकलिया तारे छपे अंधेर पलोआ। गुरु नानक नु सूरज आख्या। हुण मैं हैरान हुणा, एक गल कह के समाप्ती करा। लोग साडे जीवन विच आम लोग आखदे ने सूरज नु दीवा नहीं दिखाई दा, कहदे ने सूरज दे सामने दीवा नहीं बाली दा। जेड़े बालदे ने दिवालिए होंदे ने, उन्हां नूं सियाणा नहीं आखदा। दिने दिया दीवा बाल के रखदा, दिन दी सूरज दी मौजूदगी विच ओह दिवालिया होंदा है। लोक कहिंदे ने सूरज नूं दीवा नहीं दिखाई दा, ते जे गुरु नानक सूरज है ते ओह जपजी बन के बैठा है। श्री गुरु ग्रंथ साहिब विच मूल मंत्र जपजी बन के गुरु नानक बैठा है, ते असी उन्दे सामने दीवा जगा रहे हैं, ते फिर की होया? जा तो ऊंग सूरज ना मंडिए। भाई गुरदास गलत कहता है कि ये जे वो सचमुच सूरज है दिन चढ़ा सकता है, ते फिर उन्दे सामने दीवा क्यों बालिए? पर हुण अपने गिरेवां विच झात मारीए, अंदर जदों दिवाली आउंदी असीं श्री गुरु ग्रंथ साहिब दे दुआले दीवियां दा ढेर ला देने। ओ अंदर गुरु नानक बैठा है, दरबार साहिब दे बाहर सरोवर दे उत्ते भी पटड़े रख के लखां दीवे बाल दित्ते ने। सूरज नूं दीवा दिखाउणा ना होया, इह कौड़ी सच्चाई है साडे जीवन दी। भाई गुरदास आखिया गुरु नानक सूरज आया जिन्हें दिन चढ़ा दिता है, जिंदे सामने तारे छुप गए ने अंधेर चला गया है। सतगुरु नानक प्रगटिया मिट्टी धुंद जग चानन होया, ज्यों कर सूरज निकलिया तारे छिपे अंधेर पलोआ। ते जे गुरु नानक सचमुच तारे छिपे अंधेर पलोआ वाला सूरज है, तो फिर अज गुरु नानक श्री गुरु ग्रंथ साहब विच नहीं। फिर उन्होंने दसा गुरुओं की जोत किवें कहिंदे हो? देखो हर गल सानू अपने जीवन विचों लभनी पै गई। आ हुणे अरदास होनी है, उदों आखना दसा गुरुओं की जोत। ते जे गुरु नानक बन के बैठा है श्री गुरु ग्रंथ साहिब, ते फिर इहदे विच बैठा होया जपजी साहिब गुरु नानक नहीं,
ते जे श्री गुरु ग्रंथ साहिब गुरु नानक है ते इहदे अगे दीवा जगाने वाला सूरज नूं दीवा नहीं दिखा रहा। हर गल सानूं सोचनी पैगी पर नहीं, असीं तां गुरु नानक नूं श्री गुरु ग्रंथ साहिब विच देख रहे। इहो कारण है साडे जीवन विच दिन नहीं चढ़ रहा, साडी इज्जत मान सन्मान साडी आजादी साडी जमीर सब कुछ साडे कोलों गुआच रहा है। एक पासे असीं इह कहिंदे आं साडा सब कुछ गुआच गया है, ते इक ख्याल करिओ गुआचदा हमेशा अंधेरे विच है। हों भाल विकुणी होई अंधेरे राह न पोई, गुआचदा हमेशा अंधेरे विच है। जिस दे लफ़ज़ कल भी आए सन ते अज भी हन के अग्ञान ही मानुख भाया जो ना ही सो लोरे, रहन अंधारी कारिया कवन जुगत जित बहुरे। फिर इस उड़ीक करदा कि दिन चढ़े ते दिन चढ़दा सूरज नाल, सूरज है गुरु नानक ते गुरु नानक अज श्री गुरु ग्रंथ साहिब दे रूप विच विच बैठा है दिन चढ़ाण वास्ते। पर असी होंदे कि दीवे बल रहे हैं, इत्थे पुजना चाहुंदा सी पर दिवाली नूं श्री गुरु ग्रंथ साहिब दे अगे दीवे रखण वालियां नूं पता होवे कि असी सूरज नूं दीवा दिखा रहे हैं। विश्वास करियो इको एक सूरज है, होर कोई सूरज कदे सूरज बहुते नहीं होए, तारे बहुते हो सकते हैं। गुरु ने भी आख दिता सूरज एको रुत अनेक, वो इको है। गुरु नानक दी जोत ही बदल बदल के जामे विच गई है। इसे लई श्री गुरु ग्रंथ साहिब अंदर जे पंजवीं पातशाही का कोई शब्द है, तीजी पातशाही का कोई शब्द है तो उत्थे लफज नानक ही है। इहो कारण है क्योंकि सूरज एको रुत अनेक, नानक करते के केते वेस वेस कहिंदे ने पहरावे नूं जामे नूं। इसे लई असीं आखणे आ दसां जामियां विच आई गई जोत, जोत ओआ जुगत साए सै काया फिर पलटिए। ओहो ही रोशनी ओहो ही मनुख दी जीवन शैली जो ओहो ही सिद्धांत जो गुरु नानक विच सी ओहो ही गुरु अंगद साहब विच सी ते ओ जस दसवें पातशाह तंगिया। भाई नंद लाल जी ने बड़ी खूबसूरत एक लाइन कही, कह लगे हमो नानक अस्त हमो अंगद अस्त, भाव जो गुरु नानक सी ओहो ही गुरु अंगद साहब सन। हमो नानक अस्त हमो अंगद अस्त हमो अमरदास अफजलो अमजद अस्त हमो रामदास हो हमो अर्जन अस्त, करदे करदे अखीर ते जाके कहिंदे ने हमो गुरु गोबिंद सिंह हमो नानक अस्त। जो कुछ गुरु नानक है ओहो ही गुरु गोबिंद सिंह साहब नूं वखरा ना करो। जिहड़ी जोत जिहड़ा सिद्धांत जिहड़ी बख्शिश गुरु नानक विच जिहड़ी रोशनी जिहड़ा चानन दिन चढ़ाने वाला गुरु नानक विच है ओहो ही गुरु गोबिंद सिंह साहब विच है, वखरा सूरज नहीं सूरज एको। ते एक ख्याल करियो दिन तां केवल सूरज ही चढ़ा सकदा है, ना दीवे चढ़ा सकदे ने ना तारे चढ़ा सकदे ने। इहो गल सतगुरु ने बाणी विच उड़ीक करदे आखी कि हे मेरे मालिक मैं तां इस रात अंधेरी तों घबरा गया परेशान हो गया, ते उड़ीक कर रहा कैड़ी जुगती होवे कि दिन चढ़ जाए। ते ओ जुगती है सूरज एको रुत अनेक वाली। गुरु आखदे ने रहन अंधारी कारिया, रहन अंधारी कारिया कौन जुगत जीत भोरे, कौन जुगत जित भोरे, रहन अंधारी कारिया, रहन अंधारी कारिया कवन जुगत जित कवन जुग।
ना मिटिए जागिए वेखिए रात अज भी अंधेरी है। साडा बहुत कुछ गुआच गया है, हम तो साड़ी संतान का स्वरूप साड़ी को गुआच गया है। मैं एक बार अर्ज की सी जदों असी 300 साल गुरपुरब खालसे की साजना खालसे द संपूर्णता का दिन मना रहे स, उन्होंने दिनों में मैं एक गल कही सी, बड़ा इकट्ठ होया केसगढ़ साहब, बड़ा वड्डा इकट्ठ होया। तो मैं एक गल आखी सी, भलियो जिस गुरु ने अपने चारे साहबजादे तुहाडे समर्पण किए होण, तुहानू संभाले होण, ते आख्या होवे तुसी मेरे बच्चियां दे मेरे परिवार दे जिम्मेवार हो, तो मैं क्या कि एड्डी अजीब गल है 300 साल बाद तुहाडे कोलों वो अपने पुत्र वापस नहीं मंग रहा। यह नहीं कहता मेरा श्री चंद वाहगुरु मेरा अजीत जो डर मैनू वापस करो, पर मैं क्या इन्ना तो कर सकता ना एक बापू है भी तुहानू आखे भी मैनू मेरा अजीत जो डर विखा दो, ये तो आख सकते। तो मैं आख्या अज अपनी उंगल नाल जिस बच्चे नू लै के जा रहे हो वेख्यो भला उनकी शक्ल जुझार नाल मिलती है, जे भला गुरु गोबिंद सिंह साहब तुहाडे कोलों पुछ लैण कि मैनू मेरा जुझार विखाओ किवें विखाओगे। असी गवाह बैठे हाँ, उन्हें सानू संभालिया सी, असी गवाह बैठे हाँ, उन्हें साडे सपुरद किया सी, साडे कोलों गुआच गया है, की आखोगे। पर इस अंधेरे विच नहीं जे लभना, जे वो लभना है तो गुरु नानक दे बाणी रूप सूरज दे चानन विच ही लभना है। जे अपना गुआचिया होया कुछ लभना चाहते हो तो श्री गुरु ग्रंथ साहब की रोशनी विच आ जाओ, गुरबाणी इस जगमय चानन है, इसलिए उस चानन विच जिसनों दिन आखते ने जिहड़ा सूरज दे कोल है, सूरज दे राही आउंदा है, ते गुरु नानक सूरज दे राही आया है, उन्हों संभाल लो, उन्दी रोशनी विच आप भी अपने आप नू पछाणो, ते अजीत जुझार नू भी पछाण के उंगल नाल लाओ, ताकि गुरु पुछे मैनू दिखाओ अजीत, ते तुसी गौरव नाल आख सको वेखो तुहाडा जो अजीत संभाल के रख्या होया। इन्हें शब्दों नाल खिमा दे जा चुका, फतेह बुलाओ, वाहिगुरु जी का खालसा, वाहिगुरु जी की फतेह।